ਅੱਜ ਮੋਹਾਲੀ ਦੇ ਫੇਰ 7 ਦੇ ਮਾਰਕੀਟ ਵਿੱਚ ਕਾਂਗਰਸ ਪਾਰਟੀ ਦੀ ਚੋਣ ਰੈਲੀ ਹੋਈ, ਜਿਸ ਵਿੱਚ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਕਾਂਗਰਸ ਦੇ ਉਮੀਦਵਾਰ ਸ਼੍ਰੀ ਮਨੀਸ਼ ਤਿਵਾੜੀ ਜੀ ਪਹੁੰਚੇ ਹੋਏ ਸਨ। ਰੈਲੀ ਵਿੱਚ ਲੋਕ ਭਾਰੀ ਗਿਣਤੀ ਵਿੱਚ ਪਹੁੰਚੇ ਹੋਏ ਸਨ। ਸਭ ਤੋਂ ਪਹਿਲਾਂ ਕਾਂਗਰਸ ਦੇ ਮੋਹਾਲੀ ਦੇ ਵਿਧਾਨ ਸਭਾ ਹਲਕੇ ਦੇ MLA ਅਤੇ ਕੈਬਨਿਟ ਮੰਤਰੀ ਸ਼੍ਰੀ ਬਲਬੀਰ ਸਿੰਘ ਸਿੱਧੂ ਪਹੁੰਚੇ ਹੋਏ ਸਨ ਅਤੇ ਉਹਨਾਂ ਨੇ ਰੈਲੀ ਦੀ ਕਮਾਨ ਸੰਭਾਲੀ ਹੋਈ ਸੀ ਅਤੇ ਉਹਨਾਂ ਨੇ ਆਪਣੇ ਭਾਸ਼ਣ ਵਿੱਚ ਪਿਛਲੇ 5 ਸਾਲਾਂ ਵਿੱਚ ਅਕਾਲੀ MP ਪ੍ਰੇਮ ਸਿੰਘ ਚੰਦੂ ਮਾਜਰਾ ਦੁਆਰਾ ਕੋਈ ਵੀ ਵਿਕਾਸ ਨਹੀਂ ਕੀਤਾ ਗਿਆ, ਇਹ ਉਹਨਾਂ ਦਾ ਕਹਿਣਾ ਸੀ। ਉਹਨਾਂ ਨੇ ਕਿਹਾ ਕਿ ਸ਼੍ਰੀ ਮਨੀਸ਼ ਤਿਵਾੜੀ ਜੀ ਨੌਜਵਾਨ ਨੇ ਅਤੇ ਹਲਕੇ ਦੇ ਵਿਕਾਸ ਵਾਸਤੇ ਵਚਨਬੱਧ ਹਨ ਅਤੇ ਮੋਹਾਲੀ ਨੂੰ ਤਰੱਕੀ ਦੇ ਰਾਹ 'ਤੇ ਲਿਆਂਦਾ ਜਾਵੇਗਾ। ਮਨੀਸ਼ ਤਿਵਾੜੀ ਜੀ ਨੇ ਕਿਹਾ ਕਿ ਪਿਛਲੇ 5 ਸਾਲਾਂ ਵਿੱਚ ਚੰਦੂ ਮਾਜਰੀ ਦੁਆਰਾ ਕੀਤੇ ਗਏ ਵਾਅਦੇ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਲੋਕਾਂ ਦਾ ਕਹਿਣਾ ਸੀ ਕਿ 5 ਸਾਲਾਂ ਵਿੱਚ ਅਕਾਲੀ ਸਰਕਾਰ ਮੋਹਾਲੀ ਦਾ ਕੋਈ ਵਿਕਾਸ ਨਹੀਂ ਕੀਤਾ ਅਤੇ ਹੋਰ ਵੀ ਲੋਕਾਂ ਦੀ ਇਹ ਰਾਏ ਸੀ ਕਿ ਅੱਜ ਮੋਹਾਲੀ ਵਿੱਚ ਜਿਹੜੇ ਮਨੀਸ਼ ਤਿਵਾੜੀ ਜੀ ਉਹ ਬਹੁਤ ਭਾਰੀ ਗਿਣਤੀ ਵਿੱਚ ਵੋਟਾਂ ਦੇ ਵਿੱਚ ਨਾਲ ਜਿੱਤਣਗੇ। ਬਿਊਰੋ ਚੀਫ ਅਸ਼ੋਕ ਕੁਮਾਰ ਗਰਗ ਦੇ ਨਾਲ ਪੱਤਰਕਾਰ ਪ੍ਰਹਲਾਦ ਸਹੀ ਕੇਸ ਨਿਊਜ਼ ਮੋਹਾਲੀ। ਆਪਣੇ ਨਾਲ ਕੀਤੇ ਸੀ ਅੱਜ ਤੋਂ 5 ਸਾਲ ਪਹਿਲਾਂ, ਇੱਕ ਵੀ ਵਾਅਦਾ ਉਹਨਾਂ ਨੇ ਪੂਰਾ ਨਹੀਂ ਕੀਤਾ। ਮੇਰੇ ਤੋਂ ਪਹਿਲਾਂ ਜਿਹੜੇ ਬੁਲਾਰੇ ਬੋਲ ਚੁੱਕੇ ਨੇ ਉਹ ਬਹੁਤ ਵਿਸਤਾਰ ਪੂਰਵਕ ਇਸ ਤੇ ਚਾਨਣਾ ਪਾ ਚੁੱਕੇ ਨੇ ਕਿ ਚਾਹੇ 15 ਲੱਖ ਵਾਲੀ ਗੱਲ ਹੋਵੇ ਕਿ ਜੀ ਮੈਨੂੰ ਪ੍ਰਧਾਨ ਮੰਤਰੀ ਬਣਾ ਦਿਓ, ਮੇਰੇ ਕੋਲ ਜਾਦੂਈ ਛੜੀ ਹੈ, ਮੈਂ ਘੁਕਾਊਂਗਾ ਪਤਾ ਨੀ ਕਿੰਨੇ ਲੱਖਾਂ ਕਰੋੜ ਦਾ ਜਿਹੜਾ ਕਾਲਾ ਧਨ ਵਿਦੇਸ਼ੀ ਬੈਂਕਾਂ ਜਮ੍ਹਾਂ ਹੈ ਉਹ 100 ਦਿਨਾਂ ਚ ਵਾਪਸ ਆ ਜਾਊਗਾ ਔਰ 15-15 ਲੱਖ ਤਕਸੀਮ ਕਰਕੇ ਮੇਰੇ ਸਾਰੇ ਦੇ ਖਾਤੇ ਜਮ੍ਹਾਂ ਕਰ ਦੂੰਗਾ। ਅੱਜ 5 ਸਾਲ ਬੀਤ ਗਏ, 15 ਲੱਖ ਦੀ ਗੱਲ ਤਾਂ ਛੱਡੋ, ਮੈਂ 5 ਪੈਸੇ ਨੀ ਕਿਸੇ ਦੇ ਖਾਤੇ ਜਮ੍ਹਾਂ ਕੀਤੇ। ਏਦਾਂ ਨੌਜਵਾਨਾਂ ਨੂੰ ਗੁਮਰਾਹ ਕੀਤਾ 10 ਕਰੋੜ ਨੌਕਰੀਆਂ ਦਾ ਵਾਅਦਾ ਕਰਕੇ। ਮੈਨੂੰ ਤਾਂ ਪੂਰਾ ਮੁਲਕ ਘੁੰਮਣ ਦਾ ਮੌਕਾ ਮਿਲਦਾ ਹੈ ਔਰ ਮੈਨੂੰ ਪਿਛਲੇ 5 ਵਰ੍ਹਿਆਂ 'ਚ ਇਹੋ ਜਿਹਾ ਕੋਈ ਨੌਜਵਾਨ ਨਹੀਂ ਲੱਭਿਆ ਜਿਹਨੇ ਬਾਂਹ ਖੜੀ ਕਰਕੇ ਕਿਹਾ ਹੋਵੇ ਕਿ ਮੋਦੀ ਸਰਕਾਰ ਦੀ ਕਿਸੇ ਨੀਤੀ ਕਾਰਨ ਉਹਨੂੰ ਕੋਈ ਨੌਕਰੀ ਮਿਲੀ ਹੈ ਜਾਂ ਰੋਜ਼ਗਾਰ ਦਾ ਸਾਧਨ ਮਿਲਿਆ। ਇਹਦੇ 'ਚ ਜਿਹੜਾ ਸੱਚ ਹੈ ਉਹ ਇਹ ਹੈ ਕਿ ਨੋਟਬੰਦੀ ਕਰਕੇ 1.5 ਕਰੋੜ ਰੋਜ਼ਗਾਰ